नमस्कार, मैं प्रियंका। नशे दे ठाल पाउण दे मंतव नाल पंजाब पुलिस हुण सख्त हुंदी जा रही है। ते बठिंडा एसटीएफ दी टीम ने लिंक रोड तो एक व्यक्ति ते एक औरत नूं 60 ग्राम हैरोइन समेत काबू कीता है। ਸਬ ਇੰਸਪੈਕਟਰ ਨੇ ਦੱਸਿਆ ਕਿ ਸਾਡੀ ਟੀਮ ਬੀੜ ਰੋਡ ਤੇ ਚੈਕਿੰਗ ਕਰ ਰਹੀ ਸੀ। ਚੈਕਿੰਗ ਦੌਰਾਨ ਉਹ ਦੋਵੇਂ ਆਪਣੇ ਮੋਟਰਸਾਈਕਲ ਤੇ ਬਠਿੰਡਾ ਵੱਲ ਆ ਰਹੇ ਸਨ। ਸਾਡੀ ਟੀਮ ਨੂੰ ਵੇਖ ਕੇ ਦੋਵੇਂ ਘਬਰਾ ਗਏ। ਸਾਡੀ ਟੀਮ ਨੇ ਸ਼ੱਕ ਦੇ ਆਧਾਰ ਤੇ ਤਲਾਸ਼ੀ ਦੌਰਾਨ ਉਹਨਾਂ ਕੋਲੋਂ 60 ਗ੍ਰਾਮ ਹੈਰੋਇਨ ਪ੍ਰਾਪਤ ਕੀਤੀ ਹੈ ਅਤੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਤੇ ਕੇਸ ਦਰਜ ਕਰ ਦਿੱਤਾ ਗਿਆ। ਜੋ ਮੈਂ ਸਪੈਸ਼ਲ ਟਾਸਕ ਫੋਰਸ ਬਠਿੰਡਾ ਜੋ ਪੰਜਾਬ ਸਰਕਾਰ ਵੱਲੋਂ ਬਣੀ ਹੋਈ ਹੈ ਉਹਦੇ 'ਚ ਲੱਗਿਆ। ਕੱਲ੍ਹ ਮੈਂ ਆਪਣੀ ਪੁਲਿਸ ਪਾਰਟੀ ਨਾਲ ਟੈਸਟ ਕਰਦਾ ਹੋਇਆ ਇਲਾਕਾ ਥਾਣਾ ਸਦਰ 'ਚੋਂ ਹੁੰਦਾ ਹੋਇਆ ਬਸਤੀ ਨੰਬਰ 4, 5, 6 ਤੋਂ ਬਠਿੰਡਾ ਸ਼ਹਿਰ ਨੂੰ ਆ ਰਿਹਾ ਸੀ ਤਾਂ 12 ਵਜੇ ਦੁਪਹਿਰ ਸਾਨੂੰ ਥੋੜ੍ਹਾ ਜਿਹਾ ਰਿੰਗ ਰੋਡ ਤੋਂ ਪਿੱਛੇ ਇੱਕ ਲੇਡੀਜ਼ ਆਪਣੇ ਲੜਕਾ ਮੋਟਰਸਾਈਕਲ 'ਤੇ ਆਉਂਦੇ ਦਿਸੇ ਜੋ ਸਾਨੂੰ ਦੇਖ ਕੇ ਯਕਦਮ ਪਿੱਛੇ ਮੁੜੇ ਤਾਂ ਉਹਨਾਂ ਦਾ ਮੋਟਰਸਾਈਕਲ ਸਲਿੱਪ ਹੋ ਕੇ ਡਿੱਗ ਪਿਆ ਅਤੇ ਅਸੀਂ ਉਹਨਾਂ ਨੂੰ ਕਾਬੂ ਕਰ ਲਿਆ। ਉਹਨਾਂ ਕੋਲ ਇੱਕ ਕਿੱਟ ਬੈਗ ਮਿਲਿਆ, ਸਾਨੂੰ ਸ਼ੱਕ ਹੋ ਗਿਆ ਕਿ ਇਹਨਾਂ ਕੋਲ ਕੋਈ ਨਸ਼ੀਲੀ ਵਸਤੂ ਹੈ, ਜਿਸ 'ਤੇ ਅਸੀਂ ਆਪਣੇ DSP ਸਾਹਿਬ ਨੂੰ ਮੌਕੇ 'ਤੇ ਆਉਣ ਦੀ ਬੇਨਤੀ ਕੀਤੀ। ਜੋ ਸਾਡੇ DSP ਸਾਹਿਬ ਸਰਦਾਰ ਲਖਚਰਨ ਸਿੰਘ ਜਿਹੜੇ ਸਪੈਸ਼ਲ ਟਾਸਕ ਫੋਰਸ 'ਚ ਲੱਗੇ ਹੋਏ ਆ ਉਹ ਆ ਗਏ। ਫਿਰ ਅਸੀਂ ਉਹਨਾਂ ਦੀ ਸਰਚ ਕੀਤੀ ਤਾਂ ਉਹਨਾਂ ਪਾਸੋਂ ਸਾਨੂੰ 260 ਗ੍ਰਾਮ ਹੈਰੋਇਨ ਜੋ ਚੱਟਾ ਇਹ ਦਿੱਲੀ ਤੋਂ ਲੈ ਕੇ ਆਏ ਸੀ ਉਹ ਬਰਾਮਦ ਹੋਇਆ। ਇੱਕ ਉਹਨਾਂ ਕੋਲ ਉਸਦਾ ਮੋਟਰਸਾਈਕਲ ਲਿਆ ਸੀ ਕਬਜ਼ੇ 'ਚ, 500 ਰੁਪਇਆ ਨਾਲ ਕੋਈ ਜਮ੍ਹਾਂ ਕਰਾ ਸੀ ਇੱਕ ਮੇਰਾ ਮੋਬਾਈਲ ਫੋਨ ਸੀ। ਕਬਜ਼ੇ 'ਚ ਲੈ ਕੇ ਅਸੀਂ ਮੁਕੱਦਮਾ ਨੰਬਰ 210 ਇਲਾਕਾ ਥਾਣਾ ਸਦਰ ਬਠਿੰਡਾ 'ਚ ਜਿਹਨਾਂ ਖਿਲਾਫ ਦਰਜ ਕਰਾਇਆ। ਲੇਡੀਜ਼ ਦਾ ਨਾਂ ਹੈਗਾ ਅਮਰਜੀਤ ਕੌਰ ਪਤਨੀ ਰਮੇਸ਼ ਸਿੰਘ ਅਤੇ ਜਿਹੜਾ ਲੜਕਾ ਹੈ ਗ੍ਰਿਫਤਾਰ ਕਰਿਆ ਉਹਦਾ ਨਾਂ ਹੈਗਾ ਅੰਗਰੇਜ਼ ਸਿੰਘ ਬੇਜੂ ਪੁੱਤਰ ਗੁਰਜੰਟ ਸਿੰਘ ਜਿਹੜੇ ਪੀੜ ਤਲਾਬ ਬਸਤੀ ਨੰਬਰ 3 ਦੇ ਰਹਿਣ ਵਾਲੇ ਆ। ਇਹਨਾਂ ਨੇ ਸਾਨੂੰ ਮੁੱਢਲੀ ਪੁੱਛਗਿੱਛ 'ਚ ਹੀ ਦਰਿਆਫਤ ਕਰਤਾ ਸੀ ਵੀ ਇਹ ਜਿਹੜਾ ਮਾਲ ਆ ਇਹਦੇ ਵਿੱਚੋਂ ਕੁਝ ਹਿੱਸਾ ਜਿਹੜਾ ਬਸਤੀ ਨੰਬਰ 2 ਹੈ ਉਹਦੇ 'ਚ ਸੂਰਜ ਸਿੰਘ ਹੈ, ਇੱਕ ਵਿੱਕੀ ਸਿੰਘ ਹੈ, ਇੱਕ ਜਿਹੜਾ ਸੋਨੂ ਉਰਫ ਸਚੈਨ ਸਿੰਘ ਹੈ ਅਤੇ ਇੱਕ ਜਿਹੜਾ ਸੰਤੋ ਆ ਉਹਨਾਂ ਦਾ, ਉਹਨਾਂ ਨੇ ਸਾਨੂੰ ਵਿੱਚ ਪੈਸੇ ਦਿੱਤੇ ਸੀ। ਇਹ ਮਾਲ ਅਸੀਂ 2.5 ਲੱਖ ਦਾ ਦਿੱਲੀ ਤੋਂ ਲੈ ਕੇ ਆਏ ਹਾਂ 1000 ਰੁਪਏ ਦੇ ਹਿਸਾਬ ਨਾਲ, ਅਤੇ ਇਹਨਾਂ ਦੇ ਕੱਲ੍ਹ ਪਰਚਾ ਦਰਜ ਕਰਕੇ ਅੱਜ ਇਹਨਾਂ ਨੂੰ ਪੇਸ਼ ਕਰ ਰਹੇ ਹਾਂ ਰਿਮਾਂਡ ਲੈ ਕੇ। ਆ ਜਿਹੜੇ ਬਾਕੀਆਂ ਦੀ ਗ੍ਰਿਫਤਾਰੀ ਵਾਸਤੇ ਟਿਕਾਣੇ ਪਤਾ ਕਰ ਰਹੇ ਹਾਂ ਅਤੇ ਤਫਤੀਸ਼ਾਲੀ ਜਿਹੜੀ ਹੈ ਚੱਲ ਗਈ। ਪਹਿਲਾਂ ਵੀ ਕੋਈ ਨਸ਼ਾ ਤਸਕਰੀ ਦਾ ਮੁਕੱਦਮਾ ਦਰਜ ਹੈ ਇਹਨਾਂ ਦੋਸ਼ੀ? ਨਹੀਂ, ਇਹਨਾਂ 'ਤੇ ਜੀ ਪਹਿਲਾਂ ਕੋਈ ਨਸ਼ਾ ਤਸਕਰੀ ਦਾ ਮੁਕੱਦਮਾ ਨਹੀਂ ਹੈ। ਇਹ ਜਿਹੜਾ ਲੜਕਾ ਇਹ ਕਾਫੀ ਨਸ਼ੇ ਦਾ ਸੇਵਨ ਕਰਦਾ ਅਤੇ ਕਰੀਬ 4-5 ਸਾਲ ਤੋਂ ਨਸ਼ਾ ਪੀ ਰਿਹਾ ਅਤੇ ਹੁਣ ਸਾਲ ਕੁ ਤੋਂ ਇਸ ਧੰਦੇ ਵਿੱਚ ਲੱਗਿਆ ਹੋਇਆ ਪਰ ਅਜੇ ਤਾਂ ਖੜਿਆ ਨਹੀਂ। ਜਿਹੜਾ ਹੁਣ ਰੰਗੇ ਹੱਥੀ ਰੱਖਦਾ ਦਿੱਲੀ ਤੋਂ ਕਿਸੇ ਨਾਈਜੀਰੀਅਨ ਤੋਂ। ਸਿਟੀ ਹੋਮ ਨਿਊਜ਼ ਦੇ ਲਈ ਬਠਿੰਡਾ ਤੋਂ ਅਵਤਾਰ ਸਿੰਘ ਦੀ ਰਿਪੋਰਟ।